मैं मकेरियां ਤੁਸੀਂ ਦੇਖੋ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੇ ਮੈਂ ਹੁਣ ਸੁੱਖ ਸਰਕਾਰੀ ਆ ਤੇ ਕੈਪਟਨ ਨੂੰ ਪੁੱਛਣਾ ਚਾਹਣਾ ਹੁਣ ਕਿਹੜਾ ਕਾਨੂੰਨ ਹੈ ਲਿਖਿਆ ਕਿ ਤੁਸੀਂ 200 ਫੁੱਟ 200 ਫੁੱਟ ਪੁੱਟ ਸਕਦੇ ਹੋ ਜ਼ਮੀਨ ਕਿਹੜਾ ਕਾਨੂੰਨ ਹੈ ਆ ਜਿਹੜਾ ਸਾਰਾ ਕੁਛ ਜਿਹੜਾ ਕੈਪਟਨ ਤੇ ਜਿਹੜਾ ਸੁੱਖ ਸਰਕਾਰ ਮਿਨਿਸਟਰ ਤੇ DGP ਪੁਲਿਸ ਉਹਨੇ ਜੇ ਕੱਲ ਮੇਰੇ ਮੈਂ ਜਦੋਂ ਉਹਨਾਂ ਨੂੰ ਬਿਆਸ ਦਰਿਆ ਵਿੱਚ ਜਿਹੜਾ ਬਿਲਕੁਲ ਇਲੀਗਲ ਸੀ ਮੇਰੇ ਤੇ ਪਰਚਾ ਦਿੱਤਾ ਹੈ ਮੈਂ ਕਿਹਾ ਅੱਜ ਦੂਜਾ ਪਰਚਾ ਤਿਆਰ ਰੱਖੋ ਮੇਰੇ ਦੇਣ ਤੇ ਆ ਮੇਰੇ ਮਾਈ ਆ ਵਿਚਾਰੀ ਇਹਦੀ ਕਿੰਨੀ ਜ਼ਮੀਨ ਸੀ ਤੁਹਾਡੀ 2 ਕਿੱਲੇ ਜ਼ਮੀਨ ਇੱਥੇ ਉਹ ਸਾਰੀ ਪੱਟੀ ਦੇਖੋ ਰਸਤਾ ਮਿਸ਼ਨ ਨਾਲ ਗੁੱਟਿਆ ਅੱਛਾ ਆ ਇੱਥੇ ਸਾਡੇ ਲੰਬੜਦਾਰ ਸਾਹਿਬ ਉਹ ਕਰਮ ਦਾ ਰਸਤਾ ਜਿਹੜਾ ਪੱਟ ਛੜਿਆ ਡਕੁੰਦੇ ਹੀ ਨਹੀਂ ਆ ਲੰਬੜਦਾਰ ਸਾਹਿਬ ਹੈ ਇਹਨਾਂ ਦਾ ਇਹਨਾਂ ਦੀ ਪੁੱਛੋ ਕਿੰਨੀ ਪੈਰੀ ਹੈ ਇੱਕ ਮਿੰਟ ਇਹਨਾਂ ਆ ਲੰਬੜਦਾਰ ਸਾਹਿਬ ਹੈ ਇੱਥੋਂ ਸੜਕ ਜਾਂਦੀ ਸੀ ਸੜਕ ਕੋਈ ਹੈ ਹੀ ਨਹੀਂ ਹੁਣ 200 ਫੁੱਟ ਹੈਲੀਕਾਪਟਰ ਤੋਂ ਕੈਪਟਨ ਅਮਰਿੰਦਰ ਸਿੰਘ ਖੁਦ ਨੇ ਤੁਹਾਡਾ ਕਿੰਨਾ ਜ਼ਮੀਨ ਸੀ ਇੱਥੇ सारी पट्टी 200 फुट आ सैंड माफिया जिहड़ा माइनिंग माफिया ने ते कैप्टन अमरिंदर सिंह मैं कहना 10 पट्टी अज दियो मेरे अज दियो हुण दिखा रहे हैं हुण इह किहड़ा कानून हुण किहड़ा सर्टिफिकेट शाम नूं देणगे माइनिंग डिपार्टमेंट दा सैकटरी ਸਰਬਜੀਤ ਸਿੰਘ ਨੂੰ ਮੈਂ ਪੁੱਛਣਾ ਚਾਹਣਾ ਹੁਣ ਕੱਲ ਤਾਂ ਤੁਸੀਂ ਉਹਦਾ ਜਾਲੀ ਸਰਟੀਫਿਕੇਟ ਦਿੱਤਾ ਸੀ ਆ ਵੀ ਸਰਟੀਫਿਕੇਟ ਅੱਜ ਦਿਓ ਕਿ ਆ ਵੀ ਲੀਗਲ ਮਾਈਨਿੰਗ ਹੈ ਮੈਂ ਸਾਰੀ ਮੀਡੀਆ ਨੂੰ ਦੇਖੋ ਪਾਸੇ ਹੜੇ ਆ 200 ਫੁੱਟ ਐ ਲੱਗਦਾ ਜਿਵੇਂ ਕੋਈ ਆਪਾਂ ਭਾਖੜਾ ਟਾਈਮ ਡੈਮ ਚ ਪਹੁੰਚੇ ਆ 200 ਫੁੱਟ ਥੱਲੇ ਦੇਖੋ ਇੰਨਾ ਪੁੱਟਾ ਥੱਲੋਂ ਪਾਣੀ ਨਿਕਲੇ ਆ ਸਾਡੇ ਇੱਥੇ ਇਸ ਇਲਾਕੇ ਚ ਪੀਣ ਵਾਲਾ ਪਾਣੀ ਵੀ ਖਤਮ ਹੋ ਗਿਆ ਆ ਨਾਲ ਦੀ ਜ਼ਮੀਨ ਮਾਈਨਿੰਗ ਵਾਸਤੇ ਇਹਨਾਂ ਨੂੰ ਆ ਜਿਹੜੇ ਇੱਥੇ ਆ ਜਿਹੜੇ ਮਾਈਨਿੰਗ ਵਾਲਿਆਂ ਨੂੰ ਇਹਨਾਂ ਨੂੰ ਪਰਮਿਸ਼ਨ ਹੁੰਦੀ ਹੈ ਇਕੱਲੇ 3 ਮੀਟਰ 10 ਫੁੱਟ ਇੱਥੇ 250-300 ਫੁੱਟ ਕੱਟੀ ਬੈਠਿਆ ਮੈਂ ਅੱਜ ਸਰਬਜੀਤ ਸਿੰਘ ਨੂੰ ਚੀਫ ਇੰਜੀਨੀਅਰ ਨੂੰ SDM ਨੂੰ ਬੁਲਾਉਂਗੇ ਮੈਂ ਕੱਲ ਸਰਬਜੀਤ ਸਿੰਘ ਨਾਲ ਵੀ ਗੱਲ ਕੀਤੀ ਸੀ ਉਦੋਂ ਕਹਿੰਦੇ ਚੀਫ ਇੰਜੀਨੀਅਰ ਨੇ ਕਿਹਾ ਲੀਗਲ ਮਾਈਨਿੰਗ ਲੀਗਲ ਆ ਜੀ ਮੈਂ ਸੈਕਟਰੀ ਨੂੰ ਕਹਿੰਦੇ ਹਾਂ ਤੇ ਮਾਈਨਿੰਗ ਅਫਸਰਾਂ ਨੂੰ ਆ ਲੀਗਲ ਮਾਈਨਿੰਗ ਹੈ ਮੈਂ ਵੀਡੀਓ ਮੈਂ ਦਿਖਾਉਣਾ ਚਾਹੁੰਦਾ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਸਾਰਾ ਦਿਖਾਓ ਕਿਵੇਂ ਕੈਪਟਨ ਨੇ ਪੰਜਾਬ ਨੂੰ ਲੁੱਟਿਆ ਘੱਟ ਤੋਂ ਘੱਟ ਮੈਂ ਖੁਲਾਸਾ ਕਰੂੰਗਾ ਅਗਲੇ ਦਿਨਾਂ 'ਚ ਘੱਟ ਤੋਂ ਘੱਟ 1000 ਕਰੋੜ ਰੁਪਇਆ ਕਾਂਗਰਸੀ MLA ਤੇ ਮੁੱਖ ਮੰਤਰੀ ਨੇ ਲੁੱਟਿਆ 1000 ਕਰੋੜ ਬਸ ਜਿਵੇਂ ਬਿਆਸ ਦੇ ਵਿੱਚ ਲੀਗਲ ਕਰ ਦਿੱਤਾ ਉਹ ਕਹਿੰਦੇ ਕਿ ਉਹਨਾਂ ਨੇ ਸਰਟੀਫਿਕੇਟ ਦਿੱਤਾ ਕਿ ਉਹ ਲੀਗਲ ਸੀਗੀ ਇੱਕ ਮਿੰਟ ਲੀਗਲ ਕਿਹੜਾ ਕਾਨੂੰਨ ਹੈ ਮੈਨੂੰ ਦੱਸਣ ਕਿ ਤੁਸੀਂ ਵਰਮਾ ਸਤਲੁਜ ਬਿਆਸ ਚਲਾ ਸਕਦੇ ਹੋ ਕਿਹੜਾ ਮੈਨੂੰ ਕਾਨੂੰਨ ਦੱਸ ਦਿਓ ਕਿਹੜਾ ਜੇ ਉਹ ਲੀਗਲ ਕਹਦੇ ਆ ਮੈਨੂੰ ਉਹ ਐਕਟ ਪੜਾ ਦਿਓ ਫਿਰ ਇਹ ਵੀ ਕਹਿੰਦੇ ਚੱਲਦੇ ਪਾਣੀ ਤੇ
ਦੱਸੋ ਹੁਣ ਇਹਦਾ ਕੀ ਕਹਿਣਗੇ, ਇਹਦਾ ਲੀਗਲ ਸਰਟੀਫਿਕੇਟ ਦੇਣਗੇ? ਅੱਛਾ ਦੂਜਾ ਗੁੰਡਾ ਟੈਕਸ ਵਾਲੇ ਤੁਸੀਂ ਦੇਖਿਓ ਸਾਰੇ, ਤੁਸੀਂ ਅੱਜ ਇਹਨਾਂ ਨੇ ਪਤਾ ਲੱਗ ਗਿਆ ਕਿ ਮੈਂ ਆ ਰਿਹਾ ਤੇ ਪਹਿਲੇ ਭੱਜ ਗਏ ਸਾਰੇ ਗੁੰਡਾ ਟੈਕਸ ਵਾਲੇ ਭੱਜ ਗਏ ਇੱਕ ਇੱਕ ਟਰੱਕ ਤੋਂ 16,000 ਰੁਪਇਆ ਲੈਂਦੇ ਇੱਕ ਇੱਕ ਟਰੱਕ ਤੋਂ, ਅੱਛਾ ਗੁੰਡਾ ਟੈਕਸ। ਅੱਛਾ ਇਸ ਏਰੀਆ ਦੇ ਲੋਕਾਂ ਨੇ ਦੱਸਿਆ ਕਿ ਕਿੰਨੀ ਜ਼ਮੀਨ, ਜਿਵੇਂ ਇਹਨਾਂ ਦੀ 2 ਆ ਉਹਨਾਂ ਦੀ 22 ਹੈ, ਹੋਰ ਕਿੰਨੀ ਇਕਵਾਇਰ ਹੈ? ਇਹ ਜੀ ਕੋਈ ਨਹੀਂ, ਮੈਂ ਤੁਹਾਨੂੰ ਦੱਸਿਆ ਇਹ ਜੇ ਹਜ਼ਾਰਾਂ ਏਕੜ ਤੁਹਾਨੂੰ ਲੈ ਕੇ ਚੱਲਦੇ ਆ। ਬਾਬਾ ਸਾਹਿਬ, ਬਾਬਾ ਸਾਹਿਬ ਤੇ ਕੈਪਟਨ ਅਮਰਿੰਦਰ ਸਿੰਘ ਖੁਦ ਹੈਲੀਕਾਪਟਰ ਤੋਂ ਰੇਡਾਂ ਕਰਦੇ ਰਹੇ ਇਲੀਗਲ ਮਾਈਨਿੰਗ ਤੇ, ਉਦੋਂ ਅਸਰ ਨਹੀਂ ਪਿਆ ਤੁਹਾਡੇ ਰੇਡਾਂ ਨਾਲ? ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਤੋਂ ਦੇਖ ਰਿਹਾ ਸੀ ਕਿਹੜੇ ਕਿਹੜੇ ਨੇ ਪੈਸਾ ਦਿੱਤਾ ਕਿਹੜੇ ਨਹੀਂ ਦਿੱਤਾ, ਜਿਹੜੇ ਨਹੀਂ ਦਿੱਤਾ ਚਾਰਟ ਬਣਾ ਲੈਂਦੇ ਕਿ ਆਹ ਏਰੀਆ ਨੇ ਨਹੀਂ ਦਿੱਤਾ। ਸਾਨੂੰ ਮੰਗ ਪੱਤਰ ਦਿੱਤਾ, ਹੁਣ ਮੈਂ ਬੇਨਤੀ ਕਰਾਂਗੇ ਲੋਕਲ ਇੱਕ ਬੰਦੇ ਹੀ ਪੱਟ ਲਈ, ਦੂਜੇ ਨਾਲ ਰੁੜ ਗਈ ਤੇ ਮਜਬੂਰੀ ਕਾਰਨ ਮਤਲਬ ਲੋਕਾਂ ਨੂੰ ਇਹ ਕਹਿੰਦੇ ਜੀ ਅਸੀਂ 12 ਫੁੱਟ ਪੱਟ ਕੇ ਤਾਂ ਮਿੱਟੀ ਪਾ ਦਿਆਂਗੇ, ਜਦੋਂ ਪੱਟ ਲੈਂਦੇ ਆ ਮੁੜ ਕੇ ਲੋਕੀ ਆਉਂਦੇ ਤੇ ਅੱਗੇ ਫਿਰ ਇਹ ਜੀ ਮਤਲਬ ਜਦੋਂ ਸਰਕਾਰ ਕਰ ਬਣੀਆਂ ਇਹ ਬੰਦ ਕਰਦੇ ਸੀਗੇ ਤੇ ਨਵਜੋਤ ਸਿੰਘ ਸਿੱਧੂ ਦਾ ਕਮੇਟੀ ਮੈਂਬਰ ਬਣੇ, ਉਹ ਕ੍ਰੈਸ਼ਰ ਤੇ ਆ ਥੱਲੇ ਧਾਮਿਆਂ ਵਾਲੇ ਦੇ, ਉਹਨੂੰ ਉੱਥੇ ਖੜ ਕੇ ਅਫਸਰਾਂ ਨੇ ਮੌਕਿਆਂ ਦੱਸਤਾ ਵੀ ਇਹ ਸਾਰਾ ਰੇਤਾ ਹੀ ਆ, ਡਸਟ ਹੀ ਆ, ਪੱਟਣੀ ਹੈ, ਜਦ ਕਿ ਉੱਪਰ ਆਇਆ ਨੀ ਇੱਥੇ ਸਾਡੀ ਉਪਜਾਊ ਪੈਲੀ ਹੈ, ਉਹ ਥੱਲੇ ਰਿਪੋਰਟ ਕਰਕੇ ਪੈਲੀ ਪੱਟ ਦਿਓ ਸਾਰੀ ਪੱਟਣ ਵਾਲੀ ਹੈ। ਅੱਛਾ ਬਾਈ ਜੀ, ਤੁਸੀਂ ਤਾਂ ਇੱਥੇ ਰਹਿੰਦੇ ਹੋ, ਇਹ 2-2.5 ਸੁਪੋਰਟ ਥੱਲੇ ਪਾਣੀ ਥੱਲੇ ਨਿਕਲ ਆਇਆ, ਕੋਈ ਜਾਨੀ ਨੁਕਸਾਨ ਵੀ ਇੱਥੇ ਹੋਇਆ? ਕੋਈ ਮੈਂ ਜੀ ਸਾਰਾ ਜਿਹੜਾ ਇੱਥੋਂ ਲਾਗੇ ਅਸੀਂ ਆਪਣੀ ਟਰਾਲੀ ਨਿਗਾ ਸਕਦੇ ਹਾਂ, ਕੋਈ ਟਰੈਕਟਰ ਨਿਗਾ ਸਕਦੇ, ਰਸਤੇ ਜਿਹੜੇ ਰੁੜ ਗਏ ਸਾਰੇ ਰਸਤੇ ਰੁੜ ਗਏ। ਅੱਛਾ ਤੁਸੀਂ ਤਾਂ ਇੱਥੇ ਰਹਿੰਦੇ ਹੋ, ਤੁਸੀਂ ਤਾਂ ਇੱਥੇ ਰਹਿੰਦੇ ਹੋ, ਸਲਾਹ ਕੌਣ ਲਿਆ ਇਹਦਾ, ਮੇਨ ਬੰਦਾ ਕੌਣ ਹੈ ਇੱਥੇ? ਉਹ ਮੇਰੀ ਗੱਲ ਸੁਣੋ ਜੀ, ਮੈਂ ਗੁਰੂ ਨਾਨਕ ਯੂਨੀਵਰਸਿਟੀ ਦਾ ਚੇਅਰਮੈਨ ਹਾਂ ਜੀ, ਅਸੀਂ ਇਹਨਾਂ ਦੇ ਖਿਲਾਫ ਹਾਈ ਕੋਰਟ ਰਿਟ ਪਾਈ ਹੈ ਸੁਸਾਇਟੀ ਵੱਲੋਂ, ਉਹਦੇ ਸਬੰਧ ਵਿੱਚ ਰੂਰਲ ਡਿਵੈਲਪਮੈਂਟ ਡੀ ਸੀ ਹੁਸ਼ਿਆਰਪੁਰ ਐਸ ਐਸ ਪੀ ਅਤੇ ਪੋਲੂਸ਼ਨ ਬੋਰਡ ਪਟਿਆਲਾ, ਅਸੀਂ ਪ੍ਰਧਾਨ ਜੀ ਫਿਰ ਢੋਕੇ ਸਾਹਿਬ ਨੂੰ ਵੀ ਲੈਟਰ ਦੇ ਕੇ ਆਇਆ, ਮੈਂ ਗੁਰੂ ਨਾਨਕ ਯੂਨੀਵਰਸਿਟੀ ਲੈਟਰ ਪੈਣ 'ਤੇ, ਆਹ ਸਾਨੂੰ ਮੰਗ ਪੱਤਰ ਆਏ ਹੈ ਲੋਕਾਂ ਦੇ ਵੀ ਸਾਡੀ ਜ਼ਮੀਨ ਪਹੁੰਚਾਓ, ਅਲਾਓ ਜੀ ਪੱਤਰ ਕੋ ਮੈਂ ਦੇਣਾ ਚਾਹੁੰਦਾ, ਆਹ ਅਸੀਂ ਮਤੇ ਪਾਏ ਸੁਸਾਇਟੀ ਦੇ, ਆਹ ਸਾਡੀ ਰਿਟ ਹੈ ਜੀ, ਆਹ ਸਾਨੂੰ ਸੁਸਾਇਟੀ ਪੈਸੇ ਉੱਪਰ ਤੱਕ ਜਾਂਦੇ ਲੋਕ ਕਹਿੰਦੇ ਪੈਸੇ ਦਿੰਦੇ ਕਿੱਥੋਂ ਤੱਕ ਜਾਂਦੇ ਜੀ, ਕਿੱਥੋਂ ਤੱਕ ਜਾਂਦੇ ਪੈਸੇ, ਕੌਣ ਮਿਲਿਆ ਹੋਇਆ ਕਿਸੇ ਕਿਸੇ ਕੌਣ ਦੋ ਰਿਹਾ ਸਾਰੇ, ਇਹ ਜਿਹੜੇ ਦੇਖੋ ਇਹ ਕਹਿੰਦੇ ਆ ਵੀ ਅਸੀਂ ਇੱਥੋਂ ਗੱਡੀ ਭਰਦੇ ਨੋਟਾਂ ਦੀ ਤੇ ਚੰਡੀਗੜ੍ਹ ਦਾ ਜਾਂਦੇ ਆ, ਤੁਸੀਂ ਜੋ ਮਰਜ਼ੀ ਕਰੋ। ਬਾਦਲ ਸਾਹਿਬ, ਅੱਜ ਤੁਸੀਂ ਅਫਸਰਾਂ ਨੂੰ ਫੋਨ ਕਰੋਗੇ ਇਸ ਘਟਨਾ ਲਈ? ਮੈਂ ਦੇਖ ਲਿਆ ਨਾਲ ਰਲੇ ਹੈ, ਸਾਰੇ ਨਾਲ ਰਲੇ ਹੈ, ਕਰੋੜਾਂ ਰੁਪਏ ਲੈ ਰਹੇ ਹੈ, ਤੁਸੀਂ ਦੇਖਿਆ ਹੋਣਾ ਮਾਈਨਿੰਗ ਅਫਸਰ ਕਿਵੇਂ ਪ੍ਰੋਟੈਕਸ਼ਨ ਕਰ ਰਿਹਾ ਸੀ, ਮੈਂ ਦੱਸਣਾ ਚਾਹੁੰਦਾ ਇਹਨਾਂ ਸਾਰਿਆਂ ਦੀ ਇਨਕੁਆਇਰੀ ਹੋਊਗੀ। ਇੱਥੇ ਸਾਰੇ ਕਾਂਗਰਸ ਦੇ MLA ਸਾਰੇ MLA ਜਿੰਨੇ ਹੈ ਉਹ ਮੰਥਲੀ ਕਰੋੜਾਂ ਰੁਪਏ ਇੱਕ ਟਰੱਕ ਮਗਰ 16,000 ਰੁਪਏ ਲੈ ਰਹੇ, ਦੇਖੋ ਕਿੰਨੇ ਹਜ਼ਾਰਾਂ ਟਰੱਕ ਨਿਕਲਦੇ ਤੁਹਾਡੇ ਜਾਂਦੇ ਜਾਂਦੇ ਅੱਜ ਤੱਕ। ਨਾਮ ਦੱਸੋ ਸਰ, ਕਿਹੜੇ ਕਿਹੜੇ MLA, ਕਿਹੜੇ 5-6 MLA ਪੈਂਦੇ ਸਰ ਤੁਹਾਡੇ? ਜਿੰਨੇ ਤੁਹਾਡੇ ਹੁਸ਼ਿਆਰਪੁਰ ਦੇ ਆ, ਇੰਦੂ ਬਾਲਾ ਮਕੋਏ ਜਿਹੜਾ ਹੈਗਾ ਆਪਣਾ ਨਵਾਂ ਸ਼ਹਿਰ ਦਾ MLA, ਸਾਰੇ ਮੈਂ ਕਹਿੰਦਾ ਉਹਨਾਂ ਨੇ ਗੈਂਗ ਬਣਾਇਆ, ਮੈਂ ਤੁਹਾਨੂੰ ਕਹਿੰਦਾ ਥੱਲੇ ਆ ਕੇ ਆਪਾਂ ਦੇਖਿਓ ਕਿੰਨਾ ਨਹੀਂ ਨਿਕਲੇ। ਸਵੇਰੇ ਰੌਲਾ ਪਿਆ ਕਿ ਇੱਥੇ ਰੇਡ ਹੋ ਸਕਦਾ, ਇੱਕ ਮਿੰਟ ਗੱਲ ਸੁਣ, ਬੜੇ ਧਿਆਨ ਨਾਲ ਚੱਲਿਓ, ਤਾਜ਼ੇ ਟਾਇਰਾਂ ਦੇ ਨਿਸ਼ਾਨ ਦਿਖਾਵਾਂਗੇ ਤੁਹਾਨੂੰ, ਤਾਜ਼ੇ ਮਤਲਬ ਐਨ ਦੇਖਦੇ ਚੱਲਿਓ, ਤਾਜ਼ੀ ਬੈਲਟ ਚੱਲੀ ਹੈ, 2 ਘੰਟੇ ਪਹਿਲਾਂ ਬੰਦ ਹੋਈ ਹੈ, ਗਰਮ ਪਈ ਹੈ, ਮੋਟਰਾਂ ਗਰਮ ਨੇ, ਤੁਹਾਨੂੰ ਇੱਕ ਇੱਕ ਪ੍ਰੂਫ ਆਰਾਮ ਨਾਲ ਤੁਰੋਗੇ, ਆਪ ਵੀ ਅੱਖਾਂ ਖੋਲੋ, ਤੁਸੀਂ ਦੇਖਦੇ ਜਾਓ ਨਿਸ਼ਾਨ ਆਉਂਦੀ ਹੈ। ਮੈਨੂੰ ਲੱਗਦਾ 2-3 ਮਹੀਨਿਆਂ 'ਚ ਉੱਥੇ ਸੜਕ ਨਹੀਂ ਰਹਿਣੀ ਜਿਸ ਤਰੀਕੇ ਨਾਲ ਪੱਟਣ ਲੱਗੇ ਹੈ, ਇੱਥੇ ਅਗਲੀ ਵਾਰ ਉਹਦੇ ਨਾਲ ਹੀ ਕੱਸੀ ਹੈ, ਰੁੜ ਵੀ ਗਈ ਹੈ, ਯਾ ਦੇਖੋ ਉਹਦੇ ਬਾਅਦ ਜਿੱਥੇ ਜਾ ਰਿਹਾ ਉਹਦੇ ਬਾਅਦ ਮਤਲਬ ਨਹਿਰ ਵੀ ਨਹੀਂ ਰਹਿਣੀ, ਇੱਧਰਲੇ ਪਾਸੇ ਰੇਲਵੇ ਲਾਈਨ ਸੀ ਉਹ ਵੀ ਉਹਨਾਂ ਨੇ ਖਤਮ ਕਰ ਦਿੱਤੀ, ਜਿਹੜਾ ਸੈਂਡ ਮਾਫੀਆ ਨੇ ਕੈਪਟਨ ਦੇ ਸੈਂਡ ਮਾਫੀਆ ਨੇ।
परचे दिते दबा पाया कि इन्होंने जिहड़ा जिम्मेदार परचे दिता कि रिट वापस करो दीदी दस दस पिंड तबाह करते कले मैं ए गल कर रहा हूं मैं आई पूछना चाहना कि हुण इनू दसो क्लीन चिट दियो कि आ लीगल है कि इलीगल है कैप्टन साहब मैनू ना जवाब दियो लीगल है कि इलीगल है देखो ਅਸੀਂ ਢੋਕੇ ਸਾਹਿਬ ਦੇਖ ਕੇ ਦੇ ਆਏ ਜੀ ਇੱਕ ਸਰਦਾਰ ਸਿੰਘ ਹੈ ਲਾਭਸਰ ਸਰਦਾਰ ਸਿੰਘ ਹੈ ਰੂਰਲ ਡਿਵੈਲਪਮੈਂਟ ਉਹਨੇ 10 ਲੱਖ ਰੁਪਏ ਨੇ ਉਹ ਸਾਡੀ ਰੇਟ ਦਾ ਜਵਾਬ ਹੀ ਦਿੱਤਾ ਅੱਜ ਤੱਕ ਰੇਟ ਦਾ ਜਵਾਬ ਹੀ ਨਹੀਂ ਦਿੱਤਾ ਜਿਹੜੀ ਹਾਈ ਕੋਰਟ ਰੇਟ ਪਾਈ ਤੁਸੀਂ ਕਹਿਣਾ ਚਾਹੋਗੇ ਸਰ ਖੱਡ ਦੇ ਮੈਂ ਬੇਨਤੀ ਕਰਦਾ ਹੁਣ ਲੋਕਲ ਬੰਦਿਆਂ ਨੂੰ ਪੁੱਛੋ ਕੀ ਹਾਲਾਤ ਪ੍ਰੈਸ਼ਰ ਲੱਗੇ ਆ ਇਹਨਾਂ ਰਾਤ ਨੂੰ ਜੋ ਵੀ ਕਿਸੇ ਨਾਲ ਸੜਕ ਵਿੱਚ ਦਲਾਲ ਬੰਦਿਆਂ ਨਾਲ ਕਰਕੇ ਰਲ ਕੇ ਜਦੋਂ ਪੱਟੀ ਸ਼ੁਰੂ ਕੀਤੀ ਲਾਗੇ ਜ਼ਿਮੀਂਦਾਰੀ ਬੜੀ ਰੁੜਦੀ ਹੈ ਜਦੋਂ ਹਾਰ ਕੇ ਉਹਨਾਂ ਨੂੰ ਕਹਿੰਦੇ ਵੀ ਅਸੀਂ ਪੱਟ ਕੇ ਤੁਹਾਨੂੰ 12 ਫੁੱਟ ਪੱਟਾਂਗੇ ਤਾਂ ਮਿੱਟੀ ਪਾ ਦੇਗੇ ਮੁੜ ਕੇ 12 ਇੰਚ 130 40 50 ਫੁੱਟ ਤੱਕ ਪੜਦੇ ਆ ਮੁੜ ਕੇ ਜੋ ਘੁੰਮਦੇ ਪੈਸਾ ਵੀ ਦਿੱਤੇ ਮਤਲਬ ਡਰਾਉਂਦੇ ਆ ਨਾ ਲੋਕਾਂ ਨੂੰ ਹੁਣ ਕਈਆਂ ਦੇ ਪੈਸੇ ਫਸੇ ਆ ਤੇ ਜੇ ਅੱਗੇ ਹੁਣ ਕਾਰਵਾਈ ਤੇ ਪਰਚੇ ਜਿਹੜੇ ਆ ਜ਼ਿਮੀਂਦਾਰਾਂ ਦੇ ਹੋ ਗਏ ਨਾ ਕਿ ਮੈਨਕ ਭਾ ਤੇ ਸਾਨੂੰ ਤੇ ਇੱਕ ਮਤਲਬ ਟਰਾਲੀ ਵੀ ਨਹੀਂ ਮਿਲਦੀ ਜਾਂਦੀ ਤਾਂ ਸਾਨੂੰ ਪੂਰਾ ਖਰਚਾ ਜਿਹੜਾ ਵੀ ਲੋਕਲ ਕਰਕੇ ਮੈਨਕ ਦੇ ਨਾ ਟਰਾਲੀ ਮਿੱਟੀ ਦੀ ਮਿਲਦੀ ਆ ਸਾਰਾ ਖਰਚਾ ਪਾ ਕੇ ਵੀ ਨਾ ਹੁੰਦਾ ਹੈ ਕਿਉਂਕਿ ਲੋਕੀ ਪਰੇਸ਼ਾਨ ਆ ਸਾਰਿਆਂ ਕੋਲੋਂ ਸਾਡੀਆਂ ਫਸਲਾਂ ਖਰਾਬ ਹੋ ਰਹੀਆਂ ਧੂਣ ਘਟਾ ਪੈ ਗਿਆ ਸਾਰਾ ਕੁਝ ਹੀ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਯੂਟਿਊਬ ਤੇ